ਜਲੰਧਰ ਲੁਧਿਆਣਾ ਹਾਈਵੇ ਤੇ ਗੁਰਾਇਆ ਨੇੜੇ ਦੇ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇੱਕ ਤੇਜ਼ ਰਫਤਾਰ ਕਾਰ ਦੇ ਵੱਲੋਂ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ। ਇੰਨੇ ਨਹੀਂ ਇਹ ਕਾਰ ਦੋਵੇਂ ਨੌਜਵਾਨਾਂ ਨੂੰ ਘਰੀਸਦੀ ਹੋਈ ਆਪਣੇ ਨਾਲ ਲੈ ਜਾਂਦੀ ਹੈ ਜਿਸ ਦੇ ਚਲਦੇ ਦੋਵਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਉੱਥੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਕਾਰ ਅਤੇ ਕਾਰ ਸਵਾਰ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਜਾਂਦੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸੈਲ ਮਾਰ ਗਿਆ, ਇਹ ਪਿੱਛੇ ਸੀਗੇ ਦੋ ਜਣੇ, ਅਸੀਂ ਮੂਹਰੇ ਸੀਗੇ, ਗੱਡੀ ਬੜੀ ਤੇਜ਼ ਸੀਗੀ, ਉਹ ਗੱਡੀ ਵਾਲਾ ਦੋਨਾਂ ਨੂੰ ਸੈਲ ਮਾਰ ਗਿਆ, ਇਹ ਹੁਣ ਮਤਲਬ ਮੌਕੇ ਗਏ ਦੋਨੇ, ਘੜੀਸ ਦਾ ਲੈ ਗਿਆ, ਡਰਾਈਵਰ ਦਾ ਫੜ ਲਿਆ ਜੀ, ਡਰਾਈਵਰ ਫੜ ਲਿਆ ਜੀ, ਹਾਂਜੀ ਹਾਂਜੀ, ਗੱਡੀ ਫੜ ਲਈ ਸੀ ਮੂਹਰੇ ਜਾ ਕੇ, ਹਾਂਜੀ ਹਾਂਜੀ, ਦਾਰੂ ਪੀਤੀ ਹੋਣੀ ਹੈ ਜੀ, ਹਾਂਜੀ ਹਾਂਜੀ, ਗੱਡੀ ਵਾਲੇ ਦਾਰੂ ਪੀਤੀ ਹੋਈ ਸੀ, ਅੱਛਾ ਹੋਰ ਜੀ, ਹਾਂਜੀ ਇੱਕ ਤਾਂ ਪਾਲੋਂ ਦੱਸ ਜੀ, ਇਹ ਅਸੀਂ ਪੈਲਸ ਚੋਂ ਨਿਕਲੇ ਸੀਗੇ 7:30 ਵਜੇ, ਹਾਂਜੀ ਇਹ ਹੋਇਆ 7:45 ਵਜੇ, ਸ਼ਾਮ ਦੇ ਟਾਈਮ 7:45 ਵਜੇ, ਹਾਂਜੀ ਹਾਂਜੀ 3-4 ਘੰਟੇ ਹੋ ਗਏ ਆ, ਬੋੜੀ ਲੈ ਗਏ ਆ, ਹਾਂਜੀ ਬੋੜੀ ਲੈ ਗਏ ਜੀ ਗੱਡੀ। ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ, ਅਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਅਤੇ ਉਹਨਾਂ ਦੀਆਂ ਮੌਕੇ 'ਤੇ ਹੀ ਮੌਤ ਹੋ ਗਈ, ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ 'ਚ ਲੈ ਲਈਏ ਗੱਡੀ ਅਤੇ ਬੰਦਾ ਵੀ ਕਬਜ਼ੇ 'ਚ ਲੈ ਲਿਆ ਅਤੇ ਅਗਲੀ 'ਤੇ 30,000 ਹਾਂ ਮੌਕੇ 'ਤੇ ਇਹ ਹਾਲੇ ਪੂਰਾ ਨਹੀਂ, ਅਸੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ, ਅਸੀਂ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਹਾਂ। ਇਹ ਬਾਈਕ 'ਤੇ ਸੀਗੇ, ਬਾਈਕ 'ਤੇ ਵੀ ਕਹਿੰਦੇ ਅੱਗ ਲੱਗ ਗਈ ਬਾਈਕ ਨੂੰ, ਹਾਂ ਉਹ ਨਾਲ ਪਏ ਜਿੱਦਾਂ ਰਿੰਗਣ ਨਾਲ ਨਾ ਟੈਂਕੀ ਨੂੰ, ਟੈਂਕੀ ਨਾਲ ਘਸਰਾ ਘਸਰ ਦੇ ਨਾਲ ਨਾ ਪੈਟਰੋਲ ਕਰਕੇ ਪੈ ਗਈ ਨਾਲ। ਜਲੰਧਰ ਲੁਧਿਆਣਾ ਹਾਈਵੇ ਤੇ ਗੁਰਾਇਆ ਨੇੜੇ ਦੇ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇੱਕ ਤੇਜ਼ ਰਫਤਾਰ ਕਾਰ ਦੇ ਵੱਲੋਂ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ। ਇੰਨੇ ਨਹੀਂ ਇਹ ਕਾਰ ਦੋਵੇਂ ਨੌਜਵਾਨਾਂ ਨੂੰ ਘਰੀਸਦੀ ਹੋਈ ਆਪਣੇ ਨਾਲ ਲੈ ਜਾਂਦੀ ਹੈ ਜਿਸ ਦੇ ਚਲਦੇ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਉੱਥੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਾਰ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਕਾਰ ਅਤੇ ਕਾਰ ਸਵਾਰ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।